Good morning, students. How are you all? I hope you all are doing great. Students, today we will do a poem of your English, my English companion book. That is chapter number 8, the poem We Who Love Books. But before starting to read the poem, I would like to ask you a question. Tell me how many of you like to read the books? so? Okay. Raise your hands. Who likes to read the books? Come on, raise your hands. I know there would be very few. who would like to read the books right ਤੁਹਾਡੇ ਵਿੱਚੋਂ ਮੋਸਟਲੀ ਬੱਚੇ ਸਟੋਰੀ ਬੁੱਕਸ ਰੀਡ ਕਰਨੀਆਂ ਪਸੰਦ ਕਰਦੇ ਹੋਣਗੇ ਬਿਕਾਜ਼ ਉਹਨਾਂ ਨੂੰ ਉਹਦੇ ਵਿੱਚ ਚੰਗਾ ਲੱਗਦਾ ਕਿ ਸਟੋਰੀਜ਼ ਹੁੰਦੀਆਂ ਹਨ ਆਈ ਨੋ ਤੁਹਾਡੇ ਸਿਲੇਬਸ ਦੀਆਂ ਵੀ ਕਈ ਬੁੱਕਸ ਤੁਸੀਂ ਸੋਚ ਰਹੇ ਹੋਗੇ ਹਾਏ ਪੜ੍ਹਨੀ ਬੜੀ ਔਖੀ ਆ ਹੈਨਾ ਇਹੀ ਸੋਚਦੇ ਹੋ ਨਾ ਸਾਰੇ ਆਈ ਨੋ ਕਿਉਂਕਿ ਮੈਂ ਵੀ ਇਸ ਏਜ ਵਿੱਚੋਂ ਨਿਕਲ ਚੁੱਕੀ ਆ ਮੈਨੂੰ ਵੀ ਪਤਾ ਆ ਕਿ ਜਦੋਂ ਤੁਹਾਡੀ ਏਜ ਵਿੱਚ ਅਸੀਂ ਹੁੰਨੇ ਆ ਸਾਨੂੰ ਬੁੱਕਸ ਪੜ੍ਹਨੀਆਂ ਬੜੀਆਂ ਬੋਰਿੰਗ ਲੱਗਦੀਆਂ ਵਾਂ ਆਈ ਐਮ ਦਾ ਵਨ ਜਦੋਂ ਮੈਂ ਤੁਹਾਡੀ ਏਜ ਸੀ ਤਾਂ ਮੈਨੂੰ ਵੀ ਬੁੱਕਸ ਪੜ੍ਹਨੀਆਂ ਬੜੀਆਂ ਬੋਰਿੰਗ ਲੱਗਦੀਆਂ ਸੀ ਪਰ ਹੁਣ ਰੀਅਲਾਈਜ਼ ਹੁੰਦਾ ਕਿ ਬੁੱਕਸ ਪੜ੍ਹਿਆ ਦਾ ਕਿੰਨਾ ਫਾਇਦਾ ਹੈ ਸੋ బిਗਨ ਟੂ ਰੀਡ ਦਾ ਬੁੱਕਸ ਸ਼ੁਰੂ ਕਰੋ ਆਦਤ ਪਾਓ ਠੀਕ ਹੈ ਸੋ ਟੂਡੇ ਵੀ ਵਿਲ ਰੀਡ ਦਾ ਪੋਇਮ ਵੀ ਹੂ ਲਵ books poem padan to pehla assi ide poet bare jaanange the poet of this poem is ruskin bond he is a very famous poet bahut prasiddh poet hai hun to si menu pic dekh ke dassoge inadi ki tuhanu ehe kon lag rahe han indian british or foreigner i know ਤੋ ਤੁਸੀਂ ਇਹੀ ਸੋਚ ਰਹੇ ਹੋਗੇ ਕਿ ਬਈ ਇਹ ਤਾਂ ਅੰਗਰੇਜ਼ ਲੱਗ ਰਹੇ ਫੋਰਨਰ ਲੱਗ ਰਹੇ ਹੈਨਾ ਰਾਈਟ ਸੋ ਹੀ ਇਜ਼ ਇਹ ਨਾ ਦਾ ਜਨਮ ਫੋਰਨ ਵਿੱਚ ਹੋਇਆ ਹੈ ਬਟ ਹੀ ਇਜ਼ ਐਨ ਇੰਡੀਅਨ ਆਥਰ ਇਹਨਾਂ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਹਨ ਉਹ ਭਾਰਤੀ ਲੈਂਗੁਏਜ ਵਿੱਚ ਇੰਡੀਅਨ ਲੈਂਗੁਏजेस ਇੰਗਲਿਸ਼ ਵਿੱਚ ਹਨ ਬਟ ਇੰਡੀਆ ਦੇ ਰਿਲੇਟਡ ਬੁక్స్ ਲਿਖੀਆਂ

ਇਨ 1951 ਉਹਨਾਂ ਨੇ ਕਹਿੰਦੇ 16 ਸਾਲ ਦੀ ਉਮਰ ਵਿੱਚ 1951 ਵਿੱਚ ਇੱਕ ਲਘੂ ਕਥਾ ਲਿਖੀ ਜਿਹਦਾ ਨਾਮ ਸੀ ਅਨਟਚੇਬਲ ਅਨਟਚੇਬਲ ਤੋਂ ਤੁਹਾਨੂੰ ਯਾਦ ਆ ਰਿਹਾ ਹੋਵੇਗਾ ਅਸੀਂ ਸੇਨ ਰਵਿਦਾਸ ਚੈਪਟਰ ਚ ਪੜਿਆ ਸੀ ਅਨਟਚੇਬਲ ਇਜ਼ ਅ sin ਅਗੇਂਸਟ ਹਿਊਮੈਨਿਟੀ ਅਨਟਚੇਬਿਲਿਟੀ ਇਜ਼ ਅ sin ਅਗੇਂਸਟ ਹਿਊਮੈਨਿਟੀ ਚੋਚਤ ਸੋ ਇਹ ਕਸਟਮ ਕਿੱਥੇ ਸੀਗਾ ਸਾਡੇ ਇੰਡੀਆ ਵਿੱਚ ਤਾਂ ਉਹਨਾਂ ਨੇ ਜਿਹੜੀਆਂ ਸ਼ਾਰਟ ਸਟੋਰੀਜ਼ ਬੁੱਕਸ ਜੋ ਵੀ ਲਿਖੀਆਂ ਉਹ ਇੰਡੀਆ ਵਿੱਚ ਜੋ ਹੋ ਰਿਹਾ ਸੀ ਉਹਦੇ ਰਿਲੇਟਿਡ ਹੀ ਲਿਖੀਆਂ ਬਿਕਾਜ਼ ਹਿਸ ਫਾਦਰ ਵਾਸ ਇਨ ਇੰਡੀਅਨ ਆਰਮੀ ਹਿਸ ਫਰਸਟ ਚਿਲਡਰਨਸ ਬੁੱਕ ਐਂਗਰੀ ਰਿਵਰ ਪਬਲਿਸ਼ਡ ਇਨ 1970ਸ ਉਨ੍ਹਾਂ ਦੀ ਪਹਿਲੀ ਬੱਚਿਆਂ ਲਈ ਜਿਹੜੀ ਕਿਤਾਬ ਸੀ ਐਂਗਰੀ ਰਿਵਰ ਉਹ 1970 ਇਸਵੀ ਵਿੱਚ ਪ੍ਰਕਾਸ਼ਿਤ ਹੋਈ ਹੀ ਵਾਸ ਅਵਾਰਡਡ ਦ ਸਾਹਿਤ ਅਕੈਡਮੀ ਅਵਾਰਡ ਇਨ 1992 ਫਾਰ ਹਿਸ ਨੋਵਲ ਆਵਰ ਟਰੀਜ਼ ਸਟਿਲ ਗਰੋ ਇਨ ਦੇਹਰਾ ਇਹਨਾਂ ਨੂੰ ਇਹਨਾਂ ਦੇ ਨੋਵਲ ਆਵਰ ਟਰੀਜ਼ ਸਟਿਲ ਗਰੋ ਇਨ ਦੇਹਰਾ ਜਿਹੜਾ ਕੀ ਇਹਨਾਂ ਦਾ ਪ੍ਰਸਿੱਧ ਫੇਮਸ ਨੋਵਲ ਸੀ ਉਹਦੇ ਲਈ ਇਹਨਾਂ ਨੂੰ 1992 ਈਸਵੀ ਵਿੱਚ ਸਾਹਿਤ ਅਕੈਡਮੀ ਅਵਾਰਡ ਮਿਲਿਆ ਹੀ ਵਾਸ ਅਵਾਰਡਡ ਦ ਪਦਮ ਸ਼ੀਰੀ ਇਨ 1999 ਐਂਡ ਦ ਪਦਮ ਭੂਸ਼ਨ ਇਨ 2014 ਤੇ ਇਹਨਾਂ ਨੂੰ 1999 ਵਿੱਚ ਪਦਮ ਸ਼ੀਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ दो हजार चौदह विच पदम भूषण अवार्ड नम्मानित किया गया सो दिस वॉज अबाउट द पोइट ए पोइट बारे जानकारी द पोइट कौन है इस पोएम दिन बॉन्ड राइट येस नाउ लैट नोट डाउन द डिफिकल्ट वर्ड्स यू आर गोइंग टू रीड इन द कॉन्टेक्सट ऑफ योर पोएम Learning new words and their meanings in the given context. Note these down in your copies. First word familiar. Familiar, which means jhani pachani. Asikedaneya ekud ya. lagreya menanu janda. Right. So that is called familiar. Words. ਸੈਕਿੰਡ ਵਰਡ ਇਜ਼ ਵਰਸ which means ਕਵਿਤਾ ਪੋਇਮ ਪੋਇਮ ਦੀਆਂ ਲਾਈਨਸ ਜਿਹੜੀਆਂ ਹੁੰਦੀਆਂ ਵਾਂ ਉਹਨਾਂ ਨੂੰ ਵਰਸ ਕਹਿੰਦੇ ਆ ਕੰਪੈਨੀయన్స్ ਕੰਪੈਨੀయన్స్ ਮੀਨਸ ਸਾਥੀ ਤੁਹਾਡੇ ਫਰੈਂਡਸ ਤੁਹਾਡੇ ਫੈਮਿਲੀ ਮੈਂਬਰਸ ਤੁਹਾਡੇ ਟੀਚਰਸ ਦੇ ਆਲ ਆਰ ਯੋਰ ਕੰਪੈਨੀਅਨਸ ਇਹ ਸਾਰੇ ਤੁਹਾਡੇ ਸਾਥੀ ਹਨ ਫਰੈਂਡਸ ਨਾਲ ਤੁਸੀਂ ਗੱਲਾਂ ਕਰਦੇ ਹੋ ਖੇਡਦੇ ਹੋ ਫੈਮਲੀ ਨਾਲ ਤੁਸੀਂ ਰਹਿੰਦੇ ਹੋ ਉਹਨਾਂ ਕੋਲੋਂ ਨਵੀਆਂ ਚੀਜ਼ਾਂ ਸਿੱਖਦੇ ਹੋ ਪੇਰੈਂਟਸ ਤੁਹਾਡੇ ਸਾਥੀ ਹੁੰਦੇ ਆ ਤੁਸੀਂ ਉਹਨਾਂ ਨਾਲ ਗੱਲਾਂ ਵੀ ਸ਼ੇਅਰ ਕਰਦੇ ਹੋ ਐਦਾਂ ਹੀ ਟੀਚਰਸ ਆ ਜਿਹੜੇ ਉਹ ਤੁਹਾਨੂੰ ਪੜ੍ਹਾਉਂਦੇ ਵੀ ਐ ਤੁਹਾਨੂੰ ਚੰਗਾ ਰਾਹ ਵੀ ਦਿਖਾਉਂਦੇ ਆ ਤੇ ਤੁਸੀਂ ਉਹਨਾਂ ਨਾਲ ਆਪਣੀਆਂ ਗੱਲਾਂ ਸ਼ੇਅਰ ਵੀ ਕਰਦੇ ਹੋ ਔਰ ਅਸੀਂ ਇਕੱਲਾ ਆਪਣੇ ਦੋਸਤਾਂ ਨਾਲ ਸਾਥੀਆਂ ਨਾਲ ਹੀ ਸ਼ੇਅਰ ਕਰ ਸਕਦੇ ਹਾਂ ਫੋਰਥ ਵਰਡ ਇਜ਼ ਨਰਿਸ਼ ਨਰਿਸ਼ ਇਟ ਮੀਨਸ ਖੁਰਾਕ ਦੇਣਾ ਜਾਂ ਪੋਸ਼ਿਤ ਕਰਨਾ ਅਸੀਂ ਕਿਸੇ ਚੀਜ਼ ਦੀ ਦੇਖਭਾਲ ਕਰਦੇ ਹਾਂ ਉਹਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਚੀਜ਼ ਪ੍ਰੋਵਾਈਡ ਕਰਦੇ ਹਾਂ ਥੈਟ ਇਜ਼ ਕਾਲਡ ਨਰਿਸ਼ ਫਿਫਥ ਵਰਡ ਇਜ਼ timeless timeless it means ਸਮੇ ਦੇ ਪ੍ਰਭਾਵ ਤੋਂ ਰਹਿਤ ਇਹਦਾ ਕੀ ਮਤਲਬ ਹੈ ਕਿ ਬਦਲਦੇ ਸਮੇ ਦਾ ਉਸ ਚੀਜ਼ ਉੱਪਰ ਕੋਈ ਇਫੈਕਟ ਨਹੀਂ ਪੈ ਰਿਹਾ ਕੋਈ ਅਸਰ ਨਹੀਂ ਪੈ ਰਿਹਾ ਕੋਈ ਪ੍ਰਭਾਵ ਨਹੀਂ ਪੈ ਰਿਹਾ ਅਸੀਂ ਅੱਜਕਲ ਦੇਖਦੇ ਆ ਜਿੱਦਾਂ ਜਿੱਦਾਂ ਟਾਈਮ ਬੀਤਦਾ ਜਾ ਰਿਹਾ ਵਾ ਸਭ ਕੁਝ ਬਦਲਦਾ ਜਾ ਰਿਹਾ ਵਾ ਔਰ ਇਹ ਪ੍ਰਭਾਵ मोस्टली 네ਗੇਟਿਵ ਹੁੰਦੇ ਆ ਪੋਜ਼ਿਟਿਵ ਪ੍ਰਭਾਵ ਬਹੁਤ ਕੱਟ ਪੈਂਦੇ ਪਰ ਟਾਈਮਲੈਸ ਮੀਨਸ ਜੀ ਦੇ ਉੱਪਰ ਕਿਸੇ ਸਮੇਂ ਬਦਲਣ ਦਾ ਪ੍ਰਭਾਵ ਨਾ ਪਵੇ ਐਂਡ ਦ ਲਾਸਟ ਵਰਡ ਇਜ਼ ਰੀਫਰੇਨ ਰੀਫਰੇਨ ਇਟ ਮੀਨਸ ਟੇਕ ਟੇਕ ਨਾਟ ਇੰਗਲਿਸ਼ ਵਰਡ ਇਟਸ ਅ ਪੰਜਾਬੀ ਵਰਡ ਟੇਕ ਤੁੱਕਾ ਵੀ ਤੁਸੀਂ ਕਹਿ ਸਕਦੇ ਹੋ ਤੁਸੀਂ ਪੋਇਮ ਪੜ੍ਹਦੇ ਹੋ ਤੁਸੀਂ ਦੇਖਦੇ ਹੋ ਉਹਦੇ ਲਾਸਟ ਲੈਟਰਸ ਆ ਜਿਹੜੇ ਉਹ ਸੇਮ ਰਾਈਮ ਕਰ ਰਹੇ ਹੁੰਦੇ ਰਾਈਮਿੰਗ ਵਰਡਸ ਜਿਹੜੇ ਹੁੰਦੇ ਉਹ ਰੀਫਰੇਨ ਹੁੰਦੇ ਆ ਤੁਸੀਂ ਕੋਈ ਵੀ ਪੋਇਮ ਪੜ੍ਹਦੇ ਹੋ ਤਾਂ ਤੁਸੀਂ ਨੋਟ ਕਰਦੇ ਹੋ ਦੋ ਲਾਈਨਸ ਐ ਜੇ ਉਹਦੇ ਵਿੱਚ ਉਹਦੇ ਲਾਸਟ ਵਰਡਸ ਐ ਜਿਹੜੇ ਉਹਨਾਂ ਦੀ ਸਾਊਂਡ ਬਿਲਕੁਲ ਸੇਮ ਹੁੰਦੀ ਹੈ ਰਾਈਟ ਸੋ ਦੈਟ ਇਜ਼ ਕਾਲਡ ਰੀਫਰੇਨ ਡਨ ਹੈਵ ਯੂ ਨੋਟਿਡ 올 ਦਾ ਵਰਡਸ ਵੈਰੀ ਗੁੱਡ ਨਾਓ Let us read and recite the poem, We Who Love Books. Some books I'll never give away. Though old and worn, their binding tone upon my shelves, they'll always stay alive still read still fresh each dawn their magic moments never gone some books i'll never give away though old and worn their binding tone upon my shelves they'll always stay Alive, still read, still fresh each dawn. Their magic moments never gone. Familiar friends, these timeless tales have been with me since I was ten. Familiar friends. These timeless tales have been with me since I was ten. And as I turn their pages once again, and as I turn their pages once again, I feel and love their old refrain. I feel. And love their old refrain. Great words, great thoughts still stand the test of time that's passing by so fast. Great words, great thoughts still stand the test of time that's passing by so fast. These good companions never fail. These good companions never fail. To give me joy, to nourish me. To give me joy, to nourish me. We who love books, we who love books will always be the lucky ones will always be the lucky ones our minds set free our minds set free so this is the text of your poem have you got any idea what is the poet talking about here what is, is he trying to say in this poem ਹੈਵ ਯੂ ਗਾਟ ਐਨੀ ਆਈਡੀਆ ਤੁਹਾਨੂੰ ਕੁਝ ਵੀ ਸਮਝ ਲੱਗਾ ਇਹ ਪੋਇਮ ਪੜ ਕੇ ਕਿ ਪੋਇਟ ਕੀ ਕਹਿਣਾ ਚਾਹ ਰਹੇ ਆ ਬੁੱਕਸ ਬਾਰੇ ਜਾਂ ਉਹਨਾਂ ਬਾਰੇ ਜਿਹੜੇ ਬੁੱਕਸ ਨੂੰ ਪਿਆਰ ਕਰਦੇ ਆ ਆਈ ਨੋ ਯੂ ਹੈਵ ਅੰਡਰਸਟੂਡ ਅ ਵੈਰੀ ਲਿਟਲ ਬਹੁਤ ਥੋੜਾ ਸਮਝ ਆਇਆ ਹੋਏਗਾ ਤੁਹਾਨੂੰ ਰਾਈਟ ਸੋ ਆਮ ਹੇਅਰ ਟੂ ਮੇਕ ਯੂ ਫੁੱਲੀ ਅੰਡਰਸਟੈਂਡ ਇਟ ਨਾਓ let us comprehend the poem. first stanza. some books i will never give away. some books i'll never give away. though old and worn, their binding tone upon my shelves they'll always stay alive, still read. Still fresh, each dawn. Their magic moments never gone. In these lines, the poet says, the poet has great love for books. Poet nu kende He possesses the books, as old as his age. ਕਹਿੰਦੇ ਉਹਦੇ ਪੋਇਟ ਕੋ ਲੋ ਰਸਕਿਨ ਬੌਂਡ ਕੋ ਲੋ ਹਜੇ ਵੀ ਉਹ ਕਿਤਾਬਾਂ ਹਨ ਜਿਹੜੀਆਂ ਕਿ ਉਹਦੇ ਉਮਰ ਦੀਆਂ ਹਨ ਉਹਦੇ ਕੋਲ ਜਿਹੜੀਆਂ ਕਿਤਾਬਾਂ ਹਨ ਉਹਦੇ ਵਿੱਚ ਕੁਝ ਕਿਤਾਬਾਂ ਰਸਕਿਨ ਬੌਂਡ ਦੀ ਏਜ ਦੀਆਂ ਹਨ ਮੀਨਸ ਕਿ ਰਸਕਿਨ ਬੌਂਡ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜਨ ਦਾ ਬਹੁਤ ਸ਼ੌਕ ਸੀ ਸੋ ਜਦੋਂ ਦੀ ਉਹਨਾਂ ਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ ਤੇ ਉਹ ਕਿਤਾਬਾਂ ਜਿਹੜੀਆਂ ਕਿ ਉਹਨਾਂ ਨੇ ਉਸ ਟਾਈਮ ਖਰੀਦੀਆਂ ਸੀ ਫਸਟ ਟਾਈਮ ਖਰੀਦੀਆਂ ਸੀ ਉਹ ਵੀ ਕਿਤਾਬਾਂ ਹਜੇ ਉਹਨਾਂ ਕੋਲ ਹਨ ਯੂ ਕੈਨ ਸੀ ਇਨ ਦਾ ਪਿਕ ਦਾ 올ਡ ਬੁక్స్ ਰਾਈਟ ਹੀ ਸੇਜ਼ ਥੈਟ ਹੀ ਊਡ ਨੈਵਰ ਗਿਵ देम ਟੂ ਐਨੀਵਨ ਪੋਇਟ ਕੈਂ ਦਾ ਇਨ ਲਾਈਨ ਵਿਚ ਕਿ ਉਹ ਆਪਣੀਆਂ ਕਿਤਾਬਾਂ ਨੂੰ ਕਿਸੇ ਨੂੰ ਵੀ ਨਹੀਂ ਦੇਣਗੇ ਚਾਹੇ ਉਹ ਪੁਰਾਣੀਆਂ ਹੋ ਗਈਆਂ ਹਨ ਉਹ ਹਮੇਸ਼ਾ ਉਹਨਾਂ ਕਿਤਾਬਾਂ ਨੂੰ ਆਪਣੇ ਕੋਲ ਰੱਖਣਗੇ 2 most of these books have become old and these are damaged ਜਦ ਕਿ ਕਹਿੰਦੇ ਉਹਨਾਂ ਵਿੱਚ ਕੁਝ ਕਿਤਾਬਾਂ ਬਹੁਤ ਜ਼ਿਆਦਾ ਪੁਰਾਣੀਆਂ ਹੋ ਗਈਆਂ ਹਨ ਤੇ ਉਹ ਖਰਾਬ ਹੋ ਗਈਆਂ ਹਨ ਡੈਮੇਜ ਹੋ ਗਈਆਂ ਹਨ the binding of some books is torn ਕੁਝ ਕਿਤਾਬਾਂ ਦੀ ਜਿਹੜੀ ਜਿਲਦ ਹੈ ਉਹ ਪੂਰੀ ਤਰ੍ਹਾਂ ਫਟ ਚੁੱਕੀ ਹੈ even then they will remain on his shelves forever ਫੇਰ ਵੀ ਕਹਿੰਦੇ ਪੋएट ਕਹਿੰਦੇ ਆ ਕਿ ਉਹ ਕਿਤਾਬਾਂ ਉਹਨਾਂ ਦੀ ਕਿਤਾਬਾਂ ਦੀ ਸ਼ੈਲ ਤੇ ਹਮੇਸ਼ਾ ਸਜੀਆਂ ਰਹਿਣਗੀਆਂ still full of life and fresh with each morning te kende oh kitabaan haje vi josh pariyan han onach puri life bhari hoyi hai poet di te har savere de naal oh zyada fresh hundiyan ja rahiyan han dekhne nu chahe puraniyan ho gayiyan han par poet layi oh haje vi ohi zindagi bhariyan han te haje vi onniyan hi taaza han jinniyan us ਕਰੀਡਨ ਟਾਈਮਸ ਦੇ ਕੰਟੀਨਿਊ ਟੂ ਵੀਵ देयर ਮੈਜਿਕ ਈਚ ਟਾਈਮ ਹੀ ਰੀਡਸ ਥੈਮ ਤੇ ਪੋਇਟ ਕਹਿੰਦੇ ਆ ਰਸਕਿਨ ਬੋਰਨ ਕਹਿ ਰਹੇ ਆ ਕਿ ਜਦੋਂ ਵੀ ਉਹ ਪੜ੍ਹਦੇ ਆ ਉਹਨਾਂ ਕਿਤਾਬਾਂ ਨੂੰ ਉਹ ਕਿਤਾਬਾਂ ਉਹਨਾਂ ਤੇ ਆਪਣਾ ਜਾਦੂ ਛੱਡ ਹੀ ਜਾਂਦੀਆਂ ਹਨ ਜਾਦੂਕਾਰ ਹੀ ਜਾਂਦੀਆਂ ਹਨ ਤੇ ਕੁਝ ਐਦਾਂ ਦੀ ਨਵ ਐਦਾਂ ਦਾ ਨਵਾਂ ਬੁਣ ਜਾਂਦੀਆਂ ਹਨ ਜਿਹਦੇ ਨਾਲ ਉਹਨਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ਇਟ ਮੀਨਸ ਕਿ ਉਹ ਕਿਤਾਬਾਂ ਨੂੰ ਜਿੰਨੀ ਵਾਰ ਵੀ ਪੜ ਰਹੇ ਹਨ ਚਾਹੇ ਸੇਮ ਕਿਤਾਬ ਹੈ ਉਹ 10 ਵਾਰ ਪੜ ਰਹੇ ਹਨ ਤਾਂ ਉਹ 10 ਵਾਰ ਉਹਦੇ ਵਿੱਚੋਂ ਕੁਝ ਨਾ ਵੀ ਚੀਜ਼ ਸਿੱਖ ਰਹੇ ਹਨ ਐਂਡ ਥਿਸ ਇਜ਼ ਅ ਰਿਐਲਿਟੀ ਕਿਉਂਕਿ ਜਦੋਂ ਅਸੀਂ ਕਿਤਾਬਾਂ ਸ਼ੁਰੂ ਚ ਪੜਨੀ ਆ ਸ਼ੁਰੂ ਕਰਦੇ ਹਨ ਉਦੋਂ ਅਸੀਂ ਸਿਰਫ ਸ਼ੌਕ ਲਈ ਪੜਦੇ ਹਾਂ ਜਾਂ ਫਿਰ ਟਾਈਮ ਪਾਸ ਲਈ ਪੜਦੇ ਹਾਂ ਕਿ ਬਸ ਅਸੀਂ ਕਿਤਾਬ ਪੜ ਕੇ ਆਪਣਾ ਟਾਈਮ ਪਾਸ ਕਰਨਾ ਪਰ ਜਦੋਂ ਸਾਡੀ ਇਹ ਹੌਬੀ ਬਣ ਜਾਂਦੀ ਹੈ ਸਾਨੂੰ ਕਿਤਾਬਾਂ ਪੜਨ ਦਾ ਪੂਰਾ ਸ਼ੌਕ ਆਦਤ ਬਣ ਜਾਂਦੀ ਹੈ ਤਾਂ ਅਸੀਂ ਉਸ ਚੀਜ਼ ਨੂੰ ਜਿੰਨੀ ਵਾਰ ਪੜਾਂਗੇ ਸਾਨੂੰ ਓਨੀ ਵਾਰ ਉਹਦੇ ਵਿੱਚੋਂ ਕੁਝ ਨਵਾਂ ਸਿੱਖਣ ਨੂੰ ਮਿਲੇਗਾ ਤੁਸੀਂ ਹੁਣ ਇਸ ਪੋਇਮ ਦੀ ਹੀ ਗੱਲ ਕਰੋ ਅੱਜ ਤੁਸੀਂ ਮੇਰੇ ਕੋਲੋਂ ਜੋ ਸਮਝੋਗੇ ਤੇ ਅਗਲੀ ਵਾਰ ਜਦੋਂ ਤੁਸੀਂ ਪੋਇਮ ਪੜੋਗੇ ਤਾਂ ਤੁਹਾਨੂੰ ਲੱਗੇਗਾ ਕਿ ਹਾਂ ਇਹਦੇ ਵਿੱਚ ਤਾਂ ਇਹ ਆਈਡੀਆ ਵੀ ਹੈ ਕਿ ਇਹਦੇ ਵਿੱਚ ਤਾਂ ਇਹ ਵੀ ਕਿਹਾ ਗਿਆ ਹੈ ਤਾਂ ਵਰਡਸ ਦਾ ਮਤਲਬ ਕੀ ਹੈ ਜਿਹੜੀ ਵੋਕੈਬਲਰੀ ਹੈ ਉਹਦਾ ਸਿਰਫ ਇੱਕ मीनिंग ਨਹੀਂ ਹੈ ਉਹ ਸਾਡੀ ਸੋਚ ਤੇ ਡਿਪੈਂਡ ਕਰਦਾ ਕਿ ਅਸੀਂ ਉਸ ਵਰਡ ਨੂੰ ਕਿੱਦਾਂ ਸਮਝਣਾ ਹੈ ਕਿ ਅਸੀਂ ਉਹਨੂੰ ਕਿੱਦਾਂ ਆਪਣੇ ਲਈ ਢਾਲਣਾ ਹੈ ਸੋ ਥਿਸ ਇਜ਼ ਵਾਟ ਵਾਸ ਦਾ ਫਸਟ ਸਟੈਂਜ਼ਾ ਨਾਓ ਫੈਮਿਲੀਅਰ ਫਰੈਂਡਸ ਥੀਸ ਟਾਈਮਲੈਸ ਟੇਲਸ ਹੈਵ ਬੀਨ ਵਿਦ ਮੀ ਸਿንስ ਆਈ ਵਾਸ 10 And as I turn their pages once again, I feel and love their old refrain. In these lines the poet calls the books his known and good friends, as he has been reading these books since the age of ten. In a lines which can the poet Kitabanu Apne Jankar. ਤੇ ਚੰਗੇ ਦੋਸਤ ਦੱਸ ਰਿਹਾ ਹੈ ਕਿਉਂਕਿ ਉਹ ਇਹਨਾਂ ਕਿਤਾਬਾਂ ਨੂੰ 10 ਸਾਲ ਦੀ ਉਮਰ ਤੋਂ ਪੜਦੇ ਆ ਰਹੇ ਹਨ ਰਸਕਿੰਬੋਰਨ ਆਪਣੀਆਂ ਪੁਰਾਣੀਆਂ ਕਿਤਾਬਾਂ ਨੂੰ 10 ਸਾਲ ਦੀ ਉਮਰ ਤੋਂ ਪੜਦੇ ਆ ਰਹੇ ਹਨ ਦੇ ਆਰ ਦ ਫਰੈਂਡਸ ਹੂ ਆਰ ਨੈਵਰ ਅਫੈਕਟਡ ਬਾਈ ਚੇਂਜਿੰਗ ਟਾਈਮਸ ਤੁਸੀਂ ਉੱਪਰ ਲਾਈਨਸ ਵਿੱਚ ਫਸਟ ਲਾਈਨ ਵਿੱਚ ਪੜਿਆ ਟਾਈਮਲੈਸ ਟੇਲਸ ਟਾਈਮਲੈਸ ਮੈਂ ਦੱਸਿਆ ਸੀ ਜਿਹਦੇ ਤੇ ਸਮੇ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਤਾਂ ਕਹਿੰਦੇ ਕਿ ਉਹ ਦੋਸਤ ਹਨ ਜਿਨ੍ਹਾਂ ਦਾ ਸਮੇ ਦੇ ਬਦਲਣ ਨਾਲ ਜਿਨ੍ਹਾਂ ਤੇ ਕੋਈ ਅਸਰ ਨਹੀਂ ਹੋਇਆ ਕਦੀ ਨਹੀਂ ਬਦਲੇ ਜਿੱਦਾਂ ਦੇ ਉਹ ਮੇਰੇ ਸ਼ੁਰੂ ਚ ਦੋਸਤ ਸੀ ਹੁਣ ਵੀ ਉਦਾਂ ਦੇ ਹੀ ਹਨ ਕੀ ਇਹ ਕਿਤਾਬਾਂ ਕਦੀ ਨਹੀਂ ਬਦਲੀਆਂ ਕਿਤਾਬਾਂ ਦੀ ਦੋਸਤੀ ਕਦੀ ਨਹੀਂ ਬਦਲੀ and their stories have never changed. ਤੇ ਉਹਨਾਂ ਚ ਜਿਹੜੀਆਂ ਸਟੋਰੀਜ਼ ਐ ਕਹਾਣੀਆਂ ਵਾਂ ਉਹ ਵੀ ਕਦੀ ਨਹੀਂ ਬਦਲੀਆਂ। ਕਿ ਉਹ 10 ਸਾਲ ਦੀ ਉਮਰ ਤੋਂ ਇਹਨਾਂ ਕਹਾਣੀਆਂ ਨੂੰ ਤੇ ਕਿਤਾਬਾਂ ਨੂੰ ਪੜ੍ਹਦੇ ਆ ਰਹੇ ਆ ਤੇ ਇਹ ਦੋਸਤ ਐ ਜਿਹੜੇ ਉਹਨਾਂ ਦੇ ਉਹ ਪੂ ਐਨੇ ਸਾਲਾਂ ਵਿੱਚ ਕਦੀ ਵੀ ਨਹੀਂ ਬਦਲੇ। and this is the true friendship ਉਹੀ ਤੁਹਾਡਾ ਪੱਕਾ ਦੋਸਤ ਹੋਏਗਾ ਜਿਹੜਾ ਕਦੀ ਵੀ ਨਾ ਬਦਲੇ ਜਿਹੜਾ ਸਮੇਂ ਦੇ ਨਾਲ ਤੇ ਜ਼ਰੂਰਤ ਦੇ ਨਾਲ ਬਦਲ ਜਾਵੇ ਉਹ ਤੁਹਾਡਾ ਬੈਸਟ ਫਰੈਂਡ ਕਦੀ ਨਹੀਂ ਹੋ ਸਕਦਾ ਔਰ ਕਿਤਾਬਾਂ ਹੀ ਹਨ ਜਿਹੜੀਆਂ ਤੁਹਾਡੀ ਬੈਸਟ ਫਰੈਂਡ ਹੋ ਸਕਦੀਆਂ ਹਨ ði poet says that today when he turns the pages of his books again poet ਅੱਗੇ ਕਹਿੰਦੇ ਆ ਕਿ ਜਦੋਂ ਅੱਜ ਉਹ ਇਹਨਾਂ ਕਿਤਾਬਾਂ ਦੇ ਪੇजेस ਨੂੰ ਟਰਨ ਕਰ ਰਹੇ ਆ ਪਲਟ ਰਹੇ ਆ ਹੀ ਫੀਲਸ ਕਨੈਕਟਡ ਐਂਡ ਲਵਸ देयर 올ਡ वर्सेस ਐਂਡ ਰਿਫਰੇਨਸ ਤਾਂ ਕਹਿੰਦੇ ਉਹ ਕਿਤਾਬਾਂ ਦੇ ਪੇजेस ਨੂੰ ਪਲਟਣ ਦੇ ਨਾਲ ਨਾਲ ਆਪਣਾ ਕਨੈਕਸ਼ਨ ਸਮਝ ਰਹੇ ਆ ਉਹਨਾਂ ਨਾਲ ਕਿ ਉਹ ਕਿੱਦਾਂ ਇੱਕ ਦੂਜੇ ਨਾਲ ਜੁੜੇ ਹੋਏ ਆ ਤੇ ਉਹ ਪੋਇਟੇ ਜਿਹੜੇ ਉਹ ਇਹਨਾਂ ਕਿਤਾਬਾਂ ਵਿੱਚ ਲਿਖੀ ਇੱਕ ਇੱਕ ਲਾਈਨ ਨੂੰ ਇੱਕ ਇੱਕ ਰਿਫਰੇਨ ਨੂੰ प्यार कर लाइन याद हो गई एंड इज वॉट वी कॉल ट्रू फ्रेंडशिप ग्रेट वर्ड्स, ग्रेट थॉट्स, स्टिल स्टैंड द टेस्ट ऑफ टाइम दैट्स पासिंग बाय सो फास्ट These good companions never fail to give me joy, to nourish me. We who love books will always be the lucky ones, our minds set free. The poet says that great words and great thoughts. mentioned in the books never lose their charm poet kehna cha rahe ya ki iniyan mahan lineyan jehdiyan inna kitabaan vich likhiyan gaiyan han enni mahan soch hai jehdi inna kitabaan vich shabda de roop vich pirohi gayi hai oh ajj vi othe hi khadi hai sama chahe tezi nal guzar reha hai ਪਰ ਉਹ ਸੋਚ ਕਦੀ ਨਹੀਂ ਬਦਲੀ ਕਿਉਂਕਿ ਇਹ ਉਹ ਚੰਗੀ ਸੋਚ ਹੈ ਚੰਗੀ ਸੋਚ ਨੂੰ ਬਦਲਣਾ ਬਹੁਤ ਔਖਾ ਹੈ ਮਾੜੀ ਸੋਚ ਨੂੰ ਤੁਸੀਂ ਇੱਕ ਪਲ ਵਿੱਚ ਬਦਲ ਸਕਦੇ ਹੋ ਪਰ ਚੰਗੀ ਸੋਚ ਨੂੰ ਬਦਲਣ ਲਈ ਤੁਹਾਨੂੰ ਸਾਲ ਲੱਗ ਜਾਣਗੇ ਤਾਂ ਵੀ ਤੁਸੀਂ ਕਿਤੇ ਨਾ ਕਿਤੇ ਸੋਚੋਗੇ ਕਿ ਇਹਨੂੰ ਬਦਲਣਾ ਚਾਹੀਦਾ ਹੈ ਕਿ ਨਹੀਂ ਕਿਉਂਕਿ ਚੰਗੀਆਂ ਚੀਜ਼ਾਂ ਛੱਡੀਆਂ ਨਹੀਂ ਜਾਂਦੀਆਂ so these are the same things with books ode vich likhiyan changiyan lineyan changiyan soch changey vichar hai jehde oh kadi ni badal sakde ohna da jaadu oda hi qayam rahega jidda pehla sega they are becoming more popular with the passing time jidda jidda kende sama beet reya hai ਇਹ ਜਿਹੜੀ ਗ੍ਰੇਟ ਵਰਡਸ ਗ੍ਰੇਟ ਥੌਟਸ ਹੈ ਜਿਹੜੀਆਂ ਚੰਗੀਆਂ ਚੰਗੇ ਵਿਚਾਰ ਹੈ ਇਹ ਬਦਲਦੇ ਸਮੇਂ ਨਾਲ ਹੋਰ ਪ੍ਰਸਿੱਧ ਹੁੰਦੇ ਜਾ ਰਹੇ ਹਨ ਲੋਕੀ ਇਹਨਾਂ ਬਾਰੇ ਹੋਰ ਪੜ੍ਹਨਾ ਚਾਹ ਰਹੇ ਹਨ ਹੀ ਸੇਜ਼ ਮਾਈ ਫਰੈਂਡਸ ਆਲਵੇਜ਼ ਮੇਕ ਮੀ ਮੇਕ ਮੀ ਹੈਪੀ ਐਂਡ ਸ਼ੋ ਮੀ ਦ ਰਾਈਟ ਪਾਥ ਐਜ਼ ਆਈ ਗ로우 올ਡਰ ਐਂਡ 올ਡਰ ਉਹ ਕਹਿੰਦੇ ਹਨ ਕਿ ਮੇਰੇ ਦੋਸ ਮੇਰੀਆਂ ਕਿਤਾਬਾਂ ਹਮੇਸ਼ਾ ਮੈਨੂੰ ਖੁਸ਼ੀ ਦਿੰਦੀਆਂ ਹਨ ਤੇ ਮੈਨੂੰ ਸਹੀ ਰਾਹ ਦਿਖਾਉਂਦੀਆਂ ਹਨ ਜਦੋਂ ਮੈਨੂੰ ਜ਼ਰੂਰਤ ਹੋਵੇ ਤੇ ਮੇਰੀ ਜ਼ਿੰਦਗੀ ਦੇ ਬੀਤਣ ਦੇ ਨਾਲ-ਨਾਲ ਉਹ ਮੈਨੂੰ ਚੰਗੇ ਰਾਹ ਤੇ ਨਾਲ ਲੈ ਕੇ ਜਾ ਰਹੀਆਂ ਹਨ ਇਨ ਦਾ ਐਂਡ ਦਾ ਪੋएट ਕਨਸੀਡਰ ਦੋਜ਼ ਲੱਕੀ ਹੂ ਲਵ ਟੂ ਰੀਡ ਬੁక్స్ ਆਖਰੀ ਲਾਈਨ ਵਿੱਚ ਕਹਿੰਦੇ ਪੋएट ਉਹਨਾਂ ਲੋਕਾਂ ਨੂੰ ਜਾਂ ਉਹਨਾਂ انسانਾਂ ਨੂੰ ਜਿਹੜੇ ਕਿਤਾਬਾਂ ਪੜ੍ਹਦੇ ਹਨ ਉਹਨਾਂ ਨੂੰ ਲੱਕੀ ਮੰਨਦੇ ਹਨ ਕਿਸਮਤ ਵਾਲਾ ਮੰਨਦੇ ਹਨ ਕਿਉਂਕਿ ਦ ਬੁక్స్ ਫਰੀ आवर ਮਾਈਂਡਸ ਫ্রম ਦਾ मीनिंगलेस ਐਂਡ ਨਾਨ ਕਨਵੈਨਸ਼ਨਲ ਥਾਟਸ ਕਿਉਂਕਿ ਕਿਤਾਬਾਂ ਹਨ ਜਿਹੜੀਆਂ ਸਾਨੂੰ ਵਿਅਰਥ ਦੀਆਂ ਚੀਜ਼ਾਂ ਤੋਂ ਵਿਅਰਥ ਦੀਆਂ ਸੋਚਾਂ ਤੋਂ ਦੂਰ ਰੱਖਦੀਆਂ ਹਨ and non conventional thoughts oh vichara to dur rakhdiyan han jehde asal zindagi vich zaruri hi nahi han jinna da koi mahatav hi nahi hai asal zindagi vich hun ye to si piche padeya si unna di short story da name untouchable untouchable da tonu pehla vi samjhaya si ki neevi jati de lokan nu changa nahi samjhya janda si ਉਹਨਾਂ ਨੂੰ ਛੂਣਾ ਵੀ ਪਾਪ ਸਮਝਿਆ ਜਾਂਦਾ ਸੀ। that is non conventional thought ਕੋਈ ਲੌਜੀਕ ਨਹੀਂ ਹੈ ਇਸ ਗੱਲ 'ਚ ਕੀ ਹੋ ਜਾਏਗਾ ਉਹਨਾਂ ਨੂੰ ਛੂਕੇ ਸਾਡੇ ਸਮਾਜ ਵਿੱਚ ਇਹ ਗਲਤ ਸੋਚਾਂ ਹਨ ਤਾਂ ਕਹਿੰਦੇ ਕਿਤਾਬਾਂ ਇਹਨਾਂ ਗਲਤ ਸੋਚਾਂ ਤੋਂ ਸਾਨੂੰ ਦੂਰ ਰੱਖਦੀਆਂ ਹਨ ਐਂਡ ਹੈਲਪ us to explore the world ਤੇ ਕਿਤਾਬਾਂ ਸਾਨੂੰ ਪੂਰੀ ਦੁਨੀਆ ਘੁੰਮਣ ਦਾ ਮੌਕਾ ਦਿੰਦੀਆਂ ਹਨ ਹੁਣ ਅਸੀਂ ਮਿਡਲ ਕਲਾਸ ਫੈਮਿਲੀਜ਼ ਇਹ ਸੋਚ ਨਹੀਂ ਸਕਦੇ ਕਿ ਅਸੀਂ ਪੂਰੀ ਦੁਨੀਆ ਘੁੰਮ ਲਈਏ ਸਾਡੇ ਲਈ ਪੋਸੀਬਲ ਨਹੀਂ ਹੈ ਤਾਂ ਅਸੀਂ ਪੂਰੀ ਦੁਨੀਆ ਕਿਦੇ ਥਰੂ ਘੁੰਮ ਸਕਦੇ ਹਾਂ ਕਿਤਾਬਾਂ ਦੇ ਥਰੂ ਅਸੀਂ ਕਿਤਾਬਾਂ ਪੜ ਸਕਦੇ ਹਾਂ ਜਿਹੜੀ ਕੰਟਰੀ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ ਅਸੀਂ ਉਸ ਕੰਟਰੀ ਬਾਰੇ ਕਿਤਾਬ ਪੜ ਸਕਦੇ ਹਾਂ ਉਹਦੇ ਵਿੱਚੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਤੇ ਫਿਰ ਜਦੋਂ ਕਦੀ ਮੌਕਾ ਮਿਲੇ ਉਸ ਕੰਟਰੀ ਵਿੱਚ ਜਾਣ ਦਾ ਤਾਂ ਅਸੀਂ ਉਸ ਕਿਤਾਬਾਂ ਚ ਪੜੀਆਂ ਚੀਜ਼ਾਂ ਨੂੰ ਐਕਸਪਲੋਰ ਕਰ ਸਕਦੇ ਹਾਂ ਰਾਈਟ ਸੋ ਦਿਸ ਵਾਸ ਯੋਰ ਪੋਇਮ ਆਈ ਹੋਪ ਕਿ ਤੁਹਾਨੂੰ ਇਹ ਪੋਇਮ ਪਸੰਦ ਆਈ ਹੋਵੇਗੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਵੀ ਕਿਤਾਬਾਂ ਪੜਨ ਦਾ ਇੰਨਾ ਸ਼ੌਕ ਨਹੀਂ ਬਟ ਵੈਨ ਆਈ ਰੈਡ ਥਿਸ ਪੋਇਮ ਜਦੋਂ ਮੈਂ ਕਿਤਾਬ ਪੜ੍ਹੀ ਆਈ ਵਾਸ ਲਾਈਕ ਸ਼ੌਕਟ ਮੈਨੂੰ ਖੁਦ ਨੂੰ ਕਿਤਾਬਾਂ ਦਾ ਪੜਨ ਦਾ ਸ਼ੌਕ ਆਇਆ ਮੈਂ ਖੁਦ ਇਸ ਪੋਇਮ ਦੀ ਫੈਨ ਹੋ ਗਈ ਤੁਸੀਂ ਕਹਿ ਲਓ ਕਿ ਮੈਂ ਅੱਜ ਤੋਂ ਖੁਦ ਕਿਤਾਬਾਂ ਪੜਾਂਗੀ ਇਸ ਪੋਇਮ ਤੋਂ ਮੈਂ ਇੰਨਾ ਕੁਝ ਸਿੱਖਿਆ This is a very simple poem. ਬਹੁਤ ਸਿੰਪਲ ਜੀ ਪੋਇਮ ਹੈ ਕਿਤਾਬਾ ਬਾਰੇ ਪਰ ਜਿਹੜੇ ਵਰਡਸ ਹੈ ਉਹਨਾਂ ਦੇ मीनिंग्स ਹੈ ਜਿਹੜੇ ਦੇ ਤੁਸੀਂ ਉਹਨਾਂ ਨੂੰ ਡੀਪਲੀ ਸਮਝੋਗੇ ਤਾਂ ਤੁਸੀਂ ਫੀਲ ਕਰ ਪਾਓਗੇ ਉਸ ਚੀਜ਼ ਨੂੰ ਕਿ ਹਾਂ ਇਹ ਬਿਲਕੁਲ ਸਹੀ ਹੈ ਸੋ ਥਿਸ ਸੇਜ਼ ਦ ਪੋਇਮ ਵੀ ਹੂ ਲਵ ਬੁక్స్ ਹੁਣ ਪਹਿਲਾਂ ਤਾਂ ਮੈਂ ਕਿਹਾ ਸੀ ਰੇਜ਼ ਯੋਰ ਹੈਂਡਸ ਹੂ लव टू बी रीड बुक्स राइट कि वह बच्चे हाथ उपर करो जेडे किताबा पढ़निया पसंद करते हैं नाओ रेज योर हैंड्स स्टूडेंट्स रेज योर हैंड्स हु वुड रीड द बुक्स फ्रॉम नाउ जेडे हूं तो किताबा पढ़निया शुरू करूँगे ओ बच्चे हाथ उपर करो आई एम द वन आई हैव रेज माई हैंड हैव यू टैल मी येस दैट्स गुड now let us do the activities related to this poem post reading activity pick up the rhyming words from the poem and make a list is poem vich tosi rhyming words labne ya te onadi list banani hai rhyming words me shuru ch vi dassya si refrain jinna nu bolan da tarika jinna di sound same hundi hai so These are the rhyming words in this poem. Away, stay, away, stay. Dawn, gone, dawn, gone. Again, refrain, again, refrain. Tail, fail, tail, fail and the last one is me be and free me be and free so these are the rhyming words you are going to read in your poem but check rhyming words confuse na how tail poem which word tails that is the plural of the word tail Oh, tail word the बहुवचन है टेल्स इस करके कंफ्यूज नहीं होना गॉट इट वेरी गुड नाउ पोस्ट रीडिंग एक्टिविटी रीड द फॉलोइंग सेंटेंजा एंड आंसर द क्वेश्चंस तुझे ये स्टेंजा पढ़ना है ते एदे विच क्वेश्चंस दे आंसर देने हैं सम बुक्स आईल नेवर गिव अवे दो ओल्ड एंड वोन देयर बाइंडिंग टोन अपॉन माय शेल्फ्स They'll always stay alive, still read, still fresh each dawn. Their magic moments never gone. So, name the poem and the poet. Is stanza kedi poem da hai? is the poet the name ki So, the answer is the name of the poem is We Who Love Books. and that of the poet is ruskin bond is poem the name have we who love books te poet the name hai ruskin bond second question that is also related to the same stanza ese stanza vich to tusi us question da vi answer dena hai the poet doesn't want to part with some books poet kende kujh kidap ton door nahi hona chande ਉਹ ਕੁਝ ਕਿਤਾਬਾਂ ਕਿਸੇ ਨੂੰ ਦੇਣਾ ਨਹੀਂ ਚਾਹਦੇ ਵੇਅਰ ਡਸ ਹੀ ਕੀਪ ਥੈਮ ਉਹ ਕਿਤਾਬਾਂ ਉਹ ਕਿੱਥੇ ਰੱਖਦੇ ਹਨ ਸਤ ਤੁਸੀਂ ਪੜਿਆ ਸੀ ਕਿ ਕਿਤਾਬਾਂ ਕਿੱਥੇ ਰੱਖਦੇ ਹਨ ਟੈਲ ਮੀ ਕਮਨ ਵੇਅਰ ਡਸ ਹੀ ਕੀਪ ਬੁక్స్ ਵੈਰੀ ਗੁੱਡ ਦਾ ਪੋਇਟ ਕੀਪਸ ਥੈਮ ਔਨ ਹਿਸ ਸ਼ੈਲਸ ਕਿਤਾਬਾਂ ਨੂੰ ਸ਼ੈਲਸ ਉੱਪਰ ਸਜਾ ਕੇ ਰੱਖਦੇ ਹਨ ਰਾਈਟ ਵੈਰੀ ਗੁੱਡ Third question is also related to this stanza. What is the condition of the books? Kitabba di ki halatsi. Daso? Kiddaniya si kitabba ki halatsi? Yes, old, worn, and torn. Right. The books are old and torn. Kitabba puraniya te fatinya hoinya sa. Right? Very good. Now, Read this stanza and answer the questions Familiar friends these timeless tales have been with me since I was 10 and as I turn their pages once again I feel and love their old refrain The poet calls his books familiar friends Kitabanu poet apna jan kar jaaneya dost dasda hai Why does he call them familiar ਉਹਨਾਂ ਨੂੰ ਜਾਣਕਾਰ ਕਿਉਂ ਦੱਸ ਰਿਹਾ ਹੈ ਕਿ ਕਿਉਂ ਉਹਨਾਂ ਨੂੰ ਦੋਸਤ ਦੱਸ ਰਿਹਾ ਹੈ ਦਾ ਪੋਇਟ ਕਾਲਸ them ਫੈਮਿਲੀਅਰ ਐਸ ਹੀ ਨੋਜ਼ them ਸਿንስ ਦਾ ਏਜ ਆਫ 10 ਉਹਨਾਂ ਨੂੰ ਜਾਣਿਆ ਪਛਾਣਿਆ ਜਾਣਕਾਰ ਇਸ ਕਰਕੇ ਦੱਸ ਰਹੇ ਹਨ ਕਿਉਂਕਿ ਉਹ ਉਹਨਾਂ ਨੂੰ 10 ਸਾਲ ਦੀ ਉਮਰ ਤੋਂ ਜਾਣਦੇ ਸਨ ਰਾਈਟ ਹੀ ਇਜ਼ ਵਿਦ ਦਾ ਬੁక్స్ ਸਿንስ ਦਾ ਏਜ ਆਫ 10 ਵੈਰੀ ਗੁੱਡ This question is also related to the second stanza. What do you understand by the phrase timeless tales? the timeless tales phrase the ki matlap samajaya hai. Timeless tales. Yes, jinate asar nahi hunda. The phrase timeless tales means not affected by passing and changing times. टाइमलेस टेल्स ਦਾ ਮਤਲਬ ਹੈ ਕਿ ਬਦਲਦੇ ਸਮੇਂ ਨਾਲ ਕੋਈ ਅਸਰ ਜੀ ਦੇਤੇ ਨਾ ਹੋਵੇ ਲਾਸਟ ਕੁਐਸਚਨ ਹਾਊ ਡਸ ਦਾ ਪੋਇਟ ਫੀਲ ਵੈਨ ਹੀ ਟੱਚਸ ਐਂਡ ਫੀਲਸ ਦਾ ਪੇजेस ਆਫ ਫੇਸਬੁਕਸ ਪੋਇਟ ਕਿੱਦਾਂ ਦਾ ਫੀਲ ਕਰਦੇ ਜਦੋਂ ਆਪਣੀ ਕਿਤਾਬਾਂ ਦੇ ਪੇजेस ਨੂੰ ਟੱਚ ਕਰਦੇ ਹੀ ਫੀਲਸ ਕਨੈਕਟਿਡ ਐਂਡ ਲਵਸ ਦਾ 올ਡ वर्सेस ਐਂਡ ਰੀਫਰੇਸ ਉਹਨਾਂ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਆ ਤੇ 올ਡ वर्सेस ਪੁਰਾਨੀਆਂ ਲਾਈਨਾਂ ਨੂੰ ਤੇਰੀ ਫਰੈਂਡਸ ਨੂੰ ਬਹੁਤ ਪਿਆਰ ਕਰਦੇ ਹਨ ਸੋ ਨਾਓ ਥਿਸ ਇਜ਼ ਦ ਲਾਸਟ ਸਟੈਂਜ਼ਾ ਥਿਸ ਇਜ਼ ਇਨ ਯਰ ਬੁੱਕ ਰੀਡ ਥਿਸ ਸਟੈਂਜ਼ਾ ਐਂਡ ਆਨਸਰ ਦ ਕੁਐਸ਼ਚਨਸ ਰਿਟਨ ਡਾਊਨ ਥੀਸ ਥਿਸ ਸਟੈਂਜ਼ਾ ਇਸ ਸਟੈਂਜ਼ਾ ਤੁਹਾਡੀ ਬੁੱਕ ਵਿੱਚ ਹੈ ਤੁਸੀਂ ਇਸ ਸਟੈਂਜ਼ਾ ਉਹਦੇ ਵਿੱਚ ਰੀਡ ਕਰਕੇ ਇਹਦੇ ਨੀਚੇ ਦਿੱਤੇ ਹੋਏ ਤਿੰਨ ਕੁਐਸ਼ਚਨਸ ਦੇ ਆਨਸਰ ਖੁਦ ਦੇਣੇ ਹਨ ਐਂਡ ਦੈਟ ਇਜ਼ ਯੋਰ ਹੋਮਵਰਕ Here, I have noted down the first question. You can see the other two questions in your book. So, this was your poem, We Who Love Books, right? We all love books. Yes. So, this was your poem, We Who Love Books. We will meet in the next class next Friday. Till then, take care. Goodbye. Have a nice day.